ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਭ ਦਾ ਬੀਨਿਟਿੰਗ ਚੈਨਲ ਤੇ ਅੱਜ ਫੇਰ ਹਾਜ਼ਰ ਹਾਂ ਤੁਹਾਡੇ ਲਈ ਮੁੰਤੀ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਇਹ ਡਿਜ਼ਾਈਨ ਆਪਾਂ ਕਿਸੇ ਵੀ ਤਰ੍ਹਾਂ ਦੇ ਕਾਰਡੀਗਨ ਦੇ ਉੱਪਰ ਅਪਲਾਈ ਕਰ ਸਕਦੇ ਹਾਂ ਪਹਿਣਾ ਦੇ ਕੋਟੀ ਜੈਕਟ ਦੇ ਉੱਪਰ ਬੱਚਿਆਂ ਦੇ ਕੋਟੀ ਸਵੈਟਰ ਦੇ ਉੱਪਰ ਜੈਂਟਸ ਸਵੈਟਰ ਕੁੜੀਆਂ ਦੇ ਟੌਪਸ ਕੀ ਵੀ ਦੇ ਉੱਪਰ ਤੇ ਬੜੀ ਆਸਾਨੀ ਨਾਲ ਬਣਨ ਵਾਲਾ ਬਹੁਤ ਸੋਹਣਾ ਇਹ ਡਿਜ਼ਾਈਨ ਆ ਆਪਣਾ ਤਿੰਨ ਤਿੰਨ ਦੇ ਹਿਸਾਬ ਨਾਲ ਆਪਾਂ ਇਹ ਡਿਜ਼ਾਈਨ ਬਣਾਉਣ ਲਈ ਕੁੰਡੇ ਲੈਣੇ ਨੇ ਤੇ ਸਿਰਫ ਇੱਕ ਸਲਾਈ ਦਾ ਇਹ ਡਿਜ਼ਾਈਨ ਆ ਆਪਣਾ ਤੇ ਤਿੰਨ ਸਲਾਈਆਂ ਆਪਾਂ ਇਹਦੇ ਵਿੱਚ ਗੈਪ ਲਈ ਬਣਾਉਣੀਆਂ ਨੇ ਤੇ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਹੈਗੀ ਜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਚਾਹੇ ਤੁਸੀਂ ਬੁਣ ਲਓ ਚਾਹੇ ਬਿਨਾ ਬੁਣੇ ਤਾਰ ਲਓ ਤੇ ਉਸ ਤੋਂ ਬਾਅਦ ਆਪਾਂ ਤਿੰਨ ਗੁੰਡੇ ਸਿੱਧੇ ਬਣਾਉਣੇ ਨੇ 3 ਇਸ ਤੋਂ ਬਾਅਦ ਅਗਲੇ ਤਿੰਨ ਕੁੰਡੇ ਆਪਣੇ ਡਿਜ਼ਾਈਨ ਵਾਲੇ ਨੇ ਇਹ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਉਣੇ ਨੇ ਇਸ ਤਰ੍ਹਾਂ ਇੱਕ ਦੋ ਤਿੰਨ ਫਿਰ ਅਗਲੇ ਕੁੰਡੇ ਤੋਂ ਇੱਕ ਦੋ ਤਿੰਨ ਤਿੰਨ ਕੁੰਡੇ ਬਣ ਗਏ ਇੱਕ ਵਾਰੀ ਫਿਰ ਆਪਾਂ ਇੱਕ ਕੁੰਡੇ ਤੋਂ ਤਿੰਨ ਵਾਰ ਤਿੰਨ ਕੁੰਡੇ ਬਣਾਵਾਂਗੇ ਇਸ ਤਰ੍ਹਾਂ ਤਿੰਨ ਵਾਰੀ ਬੁਣਾਗੇ ਆਪਾਂ ਇਹਨੂੰ

ਸਿੱਧੀ ਸਾਈਡ ਆ ਗਈ ਆਪਾਂ ਇਹ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਬੈਕ ਸਾਈਡ ਦੀ ਸਾਰੀ ਸਲਾਈ ਹਾ ਹੁਣ ਆਪਾਂ ਉਲਟੀ ਬਣਾਉਣੀ ਆ ඇස්තරහි අපපනාඩ ජයන් පනුග හොන්ෆේර පාට ජයන් වලිස් ලයිතයාගේ පෙල්ල කොඩ සිද්ධ වනනාගේ පෙල්ලලාපා තැන්න කුන්ඩේ සිද්දේ වනනායිසි හොන පට ජයනන්න තැන්නන කුන්ඩේ තිබනාාමගේ ඇක්ක ු්ඩේදේ තැන්නකුඩේ නොනන ෆරැක්කු්ඩේතුෝ තැන්නකුඩේ ඔස්තවවාද සෙරපැක් ුඩේ තු තැන්න කුොඩේ වනාගේ

ਇੱਕ ਗੁੰਡੇ ਤੋਂ ਫੇਰ ਹੁਣ ਆਪਾਂ ਇੱਥੇ ਤਿੰਨ ਗੁੰਡੇ ਬਣਾ ਦੇਣੇ ਨੇ ਤਿੰਨ ਤਨ ਗੁੰਡੇ ਆਪਣੇ ਪਲੇਨ ਬਣੇ ਜਾਂਦੇ ਆ ਤਿੰਨ ਗੁੰਡਿਆਂ ਤੇ ਡਿਜ਼ਾਈਨ ਬਣਦਾ ਲਾਸਟ ਵਾਲਾ ਗੁੰਡਾ ਵੀ ਆਪਾਂ ਸਿੱਧਾ ਬੁਣਦੇ ਹਾਂਗੇ ਹੁਣ ਬੈਕ ਸਾਈਡ ਆ ਗਏ ਪਹਿਲਾ ਗੁੰਡਾ ਆਪਾਂ ਉਲਟਾ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਧਾਗਾ ਪਿੱਛੇ ਕਰਕੇ ਆਹ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਬਣਾਉਣਾ ਇਸ ਤਰ੍ਹਾਂ ਇਹਨਾਂ ਨੂੰ ਬੈਕ ਲੂਪ ਤੋਂ ਮੋੜਨਾ

ഉടേെ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਹੀ ਅੱਗੇ ਦੀ ਅੱਗੇ ਆਪਣਾ ਡਿਜ਼ਾਈਨ ਬਣੂਗਾ ਦੇਖੋ ਕਿੰਨਾ ਸੋਹਣਾ ਬਣਦਾ ਹੈਗਾ ਤੇ ਬਣਾਉਣਾ ਵੀ ਆਸਾਨ ਹੈ ਇਹੀ ਆਪਾਂ ਚਾਰ ਸਲਾਈਆਂ ਨੂੰ ਵਾਰ-ਵਾਰ ਰਿਪੀਟ ਕਰਦੇ ਜਾਵਾਂਗੇ ਤੇ ਅੱਗੇ ਦੀ ਅੱਗੇ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਊਗਾ ਉਮੀਦ ਆ ਤੁਹਾਨੂੰ ਡਿਜ਼ਾਈਨ ਜ਼ਰੂਰ ਪਸੰਦ ਆਇਆ ਹੋ ਜੇਕਰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਆ ਇੱਕ ਨਵੇਂ ਤੇ ਸੌਖੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ